ਅਕਾਲ। ਹਰਮੀਤ ਸਿੰਘ ਕਾਦੀਆਂ ਜੀ ਪੰਜਾਬ ਤੋਂ 5 ਮਿੰਟ ਵਾਸਤੇ ਗੱਲ ਰੱਖਣਗੇ। ਮੇਰੀ ਅਪੀਲ ਹੈ ਕਿ ਸਭ ਲੋਕ ਸ਼ਾਂਤੀ ਬਣਾਏ। ਅਭੀ ਹਮਾਰੀ ਪੰਚਾਇਤ ਕਲਾਈਮੈਕਸ ਕੀ ਤਰਫ ਜਾ ਰਹੀ ਹੈ, ਬਹੁਤ ਸਾਰੇ ਐਲਾਨ ਹੋਣਗੇ ਔਰ ਮੇਰੀ ਅਪੀਲ ਹੈ ਕਿ ਸਭ ਲੋਕ ਸ਼ਾਂਤੀ ਸੇ ਬੈਠੇ, ਮੌਸਮ ਵੀ ਅੱਛਾ ਹੋ ਗਿਆ ਹੈ, ਪਲੀਜ਼ ਬੈਠ ਜਾਈਏ। ਹਰਮੀਤ ਸਿੰਘ ਕਾਦੀਆਂ ਜੀ ਪਹਿਲੇ ਮੇਰੀ ਫਤਿਹ ਦੀ ਸਾਂਝੀ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤੋਂ ਕਿਸਾਨ ਮਜ਼ਦੂਰ ਭਾਈਆਂ ਕੋ ਹੈ ਵੀ ਪਹਿਲੇ ਬੈਠ ਜਾਏ, ਆਗੇ ਆਉਣ ਵਾਲਾ ਟਾਈਮ ਆਪਕੇ ਬੜਾ ਨੇਤਾ ਜੋ ਸੰਯੁਕਤ ਮੋਰਚਾ ਬਣਾਇਆ ਹੈ ਵੋ ਆਏਗੇ ਔਰ ਆਪਕੇ ਪਾਸ ਆਕਰ ਆਪਣੀ ਬਾਤ ਰਖੇਂਗੇ, ਹਮਾਰੀ ਬਾਤ ਰਖੇਂਗੇ, ਕੈਸੇ ਸਰਕਾਰ ਸੇ ਆਗੇ ਕੀ ਰਣਨੀਤੀ ਬਣਾਨੀ ਹੈ। ਔਰ ਮੈਂ ਇਹ ਕਹਿਣਾ ਚਾਹਤਾ ਹੂੰ, ਇਹ ਜੋ ਏਕਤਾ ਦਿਖਾਈ ਹੈ, ਸੰਯੁਕਤ ਮੋਰਚਾ ਬਣਾ ਹੈ, ਆਪਨੇ ਉਸਕੋ ਭਰਪੂਰ ਤੌਰ ਪਰ ਮਾਨਤਾ ਦੇ ਦੀ ਹੈ, ਹਮ ਇਸਕਾ ਸ਼ੁਕਰੀਆ ਕਰਤੇ ਹੈ। ਇਹ ਆਜ ਕਾ ਮੁਜ਼ੱਫਰਨਗਰ ਕਾ ਇਕੱਠ ਇਹ ਬਤਾਏਗਾ, ਇਹ ਮਨਜ਼ੂਰ ਹੋ ਚੁੱਕਾ ਹੈ ਲੋਕੋ ਕੋ ਔਰ ਆਉਣ ਵਾਲੇ ਟਾਈਮ ਮੈਂ ਯਾਰ ਕਹਿਣਾ ਚਾਹਤਾ ਹੂੰ, ਜੋ ਸਰਕਾਰਾਂ ਨੇ ਰਾਜ ਕੀਆ ਹੈ ਔਰ ਕਰ ਰਹੇ ਹੈ ਔਰ ਕਰਨੇ ਕੀ ਸੋਚ ਰਹੇ ਹੈ, ਉਨਕੋ ਜਵਾਬ ਦੇਣਾ ਹੋਗਾ। ਹਰਮੀਤ ਜੀ ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ, ਕਿਰਪਿਆ ਕਰਕੇ ਬਲੰਟੀਅਰ ਵੀਰਾਂ ਨੂੰ ਡਾਂਡੀਆ ਜਿਹੜਾ ਡੱਟ ਕੇ ਖੜੋ, ਕਿਸੇ ਨੂੰ ਨਹੀਂ ਮੋਹਰੇ ਆਣ ਦੇਣਾ ਜਿਹੜੇ ਧੱਕਾ ਮਾਰਦੇ ਆ, ਸਾਨੂੰ ਮਜਬੂਰ ਨਾ ਕਰੋ ਕਿਸੇ ਨੂੰ ਪਿੱਛੇ ਧੱਕਣ ਵਾਸਤੇ, ਸਾਰੀ ਸਾਊਂਡ ਖਰਾਬ ਕਰੀ ਜਾਂਦੇ ਆ ਬਾਰ ਬਾਰ, ਬਿਲਕੁਲ ਧੱਕ ਕੇ ਪਿੱਛੇ ਕਰੋ। ਚਲੋ ਜੀ, ਹਮੇ ਇਹ ਕੱਟ ਸਰਕਾਰੋਂ ਸੇ ਪੁੱਛੇਗਾ, ਹਮਾਰੇ ਸਾਥ 75 ਸਾਲ ਮੈਂ ਆਪਨੇ ਕਿਆ ਕੀਆ, ਹਮਾਰੇ ਕੋ ਕਿਆ ਦੀਆ ਔਰ ਹਮਾਰੇ ਸੇ ਕਿਆ ਲਿਆ, ਹਮੇ ਯੇ ਸਥਿਤੀ ਮੈਂ ਪਹੁੰਚਾ ਦੀਆ ਕਿ ਹਮ ਕਈ ਬਾਰ ਕੂਓ ਮੈਂ ਛਾਲ ਡਾਲ ਦੇਤੇ ਹੈ ਔਰ ਦਵਾਈ ਪੀ ਕਰ ਮਰ ਜਾਤੇ ਹੈ 2 ਲੱਖ 4 ਲੱਖ ਕੇ ਲਿਏ, ਔਰ ਇਹ ਲੋਕ 4,000 ਕਰੋੜ ਲੈ ਕਰ ਯਹਾਂ ਸੇ ਦੇਸ਼ ਸੇ ਭਾਗ ਜਾਤੇ ਹੈ ਔਰ ਹਮੇ ਇਸ ਜਗ੍ਹਾ ਅਮਰ ਆਕਰ ਯੇ ਸ਼ਾਂਤੀ ਮਿਲ ਗਈ। ਅਬ ਅੰਦੋਲਨ ਹੋਗਾ, ਅੰਦੋਲਨ ਔਰ ਤਕੜਾ ਹੋਗਾ, ਯੂਪੀ ਕਿਆ ਹਮ ਤੋ ਯੂਪੀ ਮਿਸ਼ਨ ਲੈ ਕਰ ਆਏ ਥੇ, ਯਹਾਂ ਸੇ ਲੱਗ ਰਹਾ ਹੈ ਅਬ ਭਾਰਤ ਮਿਸ਼ਨ ਸ਼ੁਰੂ ਹੋਗਾ, ਸਭ ਭਾਰਤ ਮੈਂ ਜਾਏਂਗੇ, ਹਮ ਕਿਸਾਨ ਮਜ਼ਦੂਰ ਸਭ ਇਕੱਠੇ ਹੋਗੇ ਔਰ ਆਉਣੇ ਵਾਲੇ ਵਕਤ ਮੈਂ ਆਪਣੀ ਤਾਕਤ ਦਿਖਾਏਂਗੇ। ਇਸ ਵਕਤ ਜੇ ਇਤਿਹਾਸ ਰਹੇਗਾ ਵੀ ਇਹ ਜੋ ਮੁਜ਼ੱਫਰਨਗਰ ਮੈਂ ਆਪ ਇਕੱਠੇ ਹੋਏ, ਇਸ ਸੇ ਕ੍ਰਾਂਤੀ ਆਏਗੀ ਔਰ ਖੇਤੀ ਸੂਬਾ ਹੋਣੇ ਕੇ ਬਾਵਜੂਦ ਵੀ ਹਮੇ ਕਿਸਾਨ ਮਜ਼ਦੂਰੋਂ ਕੋ ਦਬਾਤੇ ਰਹੇ, ਆਜ ਸੇ ਹਮ ਨਹੀਂ ਦਬੇਂਗੇ, ਹਮਾਰੀ ਆਵਾਜ਼ ਉਠੇਗੀ ਔਰ ਸੰਯੁਕਤ ਮੋਰਚੇ ਕੇ ਨਾਮ ਪਰ ਉਠੇਗੀ ਔਰ ਰਾਜ ਕਰਨੇ ਵਾਲੋ ਕੋ ਆਗੇ ਪਿੱਛੇ ਦੇਖਣਾ ਹੋਗਾ, ਭਾਗਨਾ ਹੋਗਾ, ਰਾਜ ਛੋੜਨਾ ਹੋਗਾ ਔਰ ਆਪਕੀ ਜੇ ਆਉਣੇ ਵਾਲਾ ਵਕਤ ਯੇ ਕਿਸਾਨੋਂ ਕਾ ਹੋਗਾ, ਯੇ ਕਿਸਾਨ ਕਾ ਦੇਸ਼ ਕਹਿਲਾਏਗਾ ਔਰ ਕਿਸਾਨ ਆਪਣੀ ਫਸਲ ਕਾ ਮੁੱਲ ਖੁਦ ਰੱਖੇਗਾ ਔਰ ਫਿਰ ਬੇਚੇਗਾ। ਨਹੀਂ ਆਜ ਤੱਕ ਹਮਾਰੇ ਕੋ ਖਾਦ ਲੈ ਕੇ ਆਉਣਾ ਪੜਤਾ ਥਾ ਸ਼ਹਿਰ ਸੇ ਔਰ ਬੇਚਨੇ ਕੇ ਲਈ ਵੀ ਜਾਣਾ ਪੜਤਾ ਥਾ ਸ਼ਹਿਰ, ਆਨੇ ਕਾ ਕਿਰਾਇਆ ਵੀ ਆਪਣਾ ਔਰ ਜਾਣੇ ਕਾ ਵੀ, ਐਸਾ ਨਹੀਂ ਚਲੇਗਾ। ਅਬ ਯੇ ਲੋਕ ਐਸਾ ਨਹੀਂ ਕਰਨੇ ਦੇਂਗੇ ਔਰ ਆਪਕੋ ਆਨੇ ਵਾਲੇ ਵਕਤ ਬਹੁਤ ਜਾਣੇ ਵਾਲੇ ਲਗਤਾ ਹੈ, ਆਜ ਨਯਾ ਸੂਰਜ ਚੜੇਗਾ, ਇਤਨਾ ਕਹਿਤਾ ਮੈਂ ਆਪਸੇ ਮਾਫੀ ਮੰਗਤਾ ਹੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੀਏ ਜੇ ਸੰਜਮ ਸੇ ਬੈਠੇ ਬਲੰਟੀਅਰ ਵੀਰਾਂ ਨੂੰ ਬੇਨਤੀ ਆ, ਏਦਾਂ ਧੱਕਾ ਮੁੱਕੀ ਕੋਈ ਵੀ ਸ਼ਰਾਰਤੀ ਅੰਸਰ ਵਿੱਚ ਪੜ ਸਕਦਾ। ਮੈਂ ਇੱਕ ਜ਼ਰੂਰੀ ਬੇਨਤੀ ਕਰਨੀ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ, ਜਿਹੜੇ ਤਾਂ ਹੈਗੇ ਆ ਮੋਦੀ ਦੇ ਨਾਲ ਉਹ ਬੇਸ਼ੱਕ ਖੜੇ ਰਹੋ, ਜਿਹੜੇ ਕਿਸਾਨੀ ਨਾਲ ਉਹ ਕਿਰਪਾ ਕਰਕੇ ਬੈਠਣ ਦੀ ਕੋਸ਼ਿਸ਼ ਕਰੋ, ਕਿਰਪਾ ਕਰਕੇ ਬੈਠਣ ਦੀ ਕੋਸ਼ਿਸ਼ ਕਰੋ, ਪ੍ਰੋਗਰਾਮ ਨੂੰ ਖਰਾਬ ਨਾ ਕਰੋ। ਅਰੇ ਰੁਕ ਜਾ ਭਾਈ, ਯਾ ਭਾਜਪਾ ਕੇ ਕੁਛ ਪ੍ਰਾਯੋਜਿਤ ਲੋਕ ਹੈ ਡੀ ਕੇ ਅੰਦਰ ਜੋ ਬਦਤਮੀਜੀ ਕਰ ਰਹੇ ਹੈ ਮਹਿਲਾਓ ਕੇ ਸਾਥ, ਭਾਜਪਾ ਕੇ ਕੁਛ ਲੋਕ ਹੈ ਡੀ ਕੇ ਅੰਦਰ ਪ੍ਰਾਯੋਜਿਤ ਲੋਕ ਹੈ, ਉਨਸੇ ਸਾਵਧਾਨ ਰਹੇ। ਭਾਰਤੀ ਜਨਤਾ ਪਾਰਟੀ ਕਾ ਸੜਯੰਤਰ ਹੈ ਆੰਦੋਲਨ ਕੋ ਖਰਾਬ ਕਰਨੇ ਕਾ, ਅਬ ਸੁਰਜੀਤ ਸਿੰਘ ਫੁੱਲ ਜੀ ਸੇ ਮੇਰਾ ਨਿਵੇਦਨ ਹੈ ਕਿ ਉਹ ਆਏ ਔਰ ਆਪਣੀ ਬਾਤ ਰੱਖੇ। ਸੁਰਜੀਤ ਸਿੰਘ ਫੁੱਲ ਜੀ 2 ਮਿੰਟ ਮੈਂ। ਅੱਜ ਕੀ ਕਿਸਾਨ ਮਹਾਸਭਾ ਮੈਂ ਸ਼ਾਮਿਲ ਹੋਏ ਮੇਰੇ ਸਭੀ ਕਿਸਾਨ ਸਾਥੀਓ, ਅੱਜ ਕੀ ਕਿਸਾਨ ਮਹਾਸਭਾ ਕਾ ਮਨੋਰਥ
यूपी मिशन का ऐलान करना था। यूपी मिशन का भाव क्या है? यूपी मिशन का भाव है यूपी में किसान आंदोलन का विस्तार करते हुए बीजेपी के जड़ा उखेड़नियां, बीजेपी के जड़ों को उखाड़ना, किसान आंदोलन का विस्तार करते हुए ये यूपी का मिशन है। जैसे पंजाब में, जैसे हरियाणा में आंदोलन का विस्तार करते हुए और जो कॉर्पोरेट्स कराने हैं उनके टोल प्लाजों को बंद करते हुए, उनके मार्ग को बंद करते हुए, बीजेपी का बाइकॉट करते हुए, जैसे पंजाब और हरियाणा में बीजेपी के जड़ों खाड़ी है और बीजेपी की जो धर्म और जाति की राजनीति है, भाई को भाई के साथ लड़ाने की राजनीति है, उस राजनीति की जड़ें उखाड़नी है। ये जड़ें तभी उखाड़ी जाएंगी जब किसान मुद्दों पर राजनीति होगी, जात और मजहब के मुद्दों पर राजनीति बंद होगी। ऐसे ही रास्ते से, ऐसे तरीके से ऐसी बीजेपी की यूपी में जड़ें उखाड़ सकते हैं। इतना कहता हूं, आप सभी का धन्यवाद। वाहिगुरु जी का खालसा, वाहिगुरु जी की फतेह। बहुत बहुत धन्यवाद। मैं गौरव टिकैत जी से निवेदन करूंगा कि जो हमारे मुख्य अतिथि हैं उनके भोजन का प्रबंध करें यहीं पे। धर्मेंद्र जी कृपया करके स्टेज वाले वीरा नु बोलो बैठने का। भाई स्टेज पे जो खड़ा दिखाई दे उसको नीचे उतार दो। वॉलंटियरों से मेरा निवेदन है। गौरव टिकैत जी, गौरव टिकैत जी मुख्य अतिथियों को। कृपया करके डी दे अंदर जो लोग अंदर आने की कोशिश करते ने ओदे विचों कुछ शरारती लोग भी हैं, बीजेपी दे या आरएसएस दे अंदर दे किसान जरूर बैठन दे खड़े ना रहन ता जो शरारत करने वालियां दा पता लग सके। कृपया करके बैठन दी खेचल कीती जावे जी। धन्यवाद। चूंकि नजुंडा स्वामी जी मेरा निवेदन है, अध्यक्ष है कर्नाटक राज्य रैयत संघ की, वो भी आए और अपनी बात रखें। जो नीचे बाबा अनूप सिंह जी खड़े हैं उसको निवेदन करेंगे। बाबा अनूप सिंह जी आपको कृपया विनती है, आप ऊपर आ जाइए, वॉलंटियर को बोल देते हैं। बाबा अनूप सिंह जी साथ कोई ना आए, विनती है। बाबा अनूप सिंह अकेले ही आएंगे, रिक्वेस्ट है जी। वॉलंटियरों को विनती है बाबा अनूप सिंह को